ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਢਾਡੀ ਮਹਾਨ ਰਾਈਟਰ ਮਹਾਨ ਵਿਦਵਾਨ ਦੁਨੀਆ ਦੇ ਕੋਨੇ ਕੋਨੇ ਵਿੱਚ ਇਸ ਨਗਰ ਦਾ ਬੁਰਜ ਰਾਜਗੜ੍ਹ ਦਾ ਨਾਂ ਚਮਕਾਉਣ ਵਾਲੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸਰਦਾਰ ਗੁਰਬਖਸ਼ ਸਿੰਘ ਜੀ ਅਲਵੇਲਾ ਸਾਹਿਬ ਉਹਨਾਂ ਦੀ ਪਵਿੱਤਰ ਯਾਦ ਨੂੰ ਤਾਜ਼ਾ ਕਰਦੇ ਹੋਏ ਉਹਨਾਂ ਦੇ ਸਾਲਾਨਾ ਪ੍ਰੋਗਰਾਮ ਤੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਗੁਰੂ ਰੂਪ ਪਿਆਰੇ ਸਾਹਿਬ ਜੀ ਸਭ ਤੋਂ ਪਹਿਲਾਂ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਆ ਨਾਰਾ ਕਰੀਏ ਬੁਲੰਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਝੁਕਾ ਕੇ ਸੀਸ ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਭਾਗੇ ਹੋ ਜਿਹੜੇ ਅੱਜ ਉਸ ਮਹਾਨ ਰਾਈਟਰ ਮਹਾਨ ਸ਼ਾਇਰ ਦੀ ਪਵਿੱਤਰ ਯਾਦ ਨੂੰ ਤਾਜ਼ਾ ਕਰਦੇ ਹੋਏ ਅੱਜ ਦੇ ਢਾਡੀ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਮੈਂ ਧੰਨਵਾਦੀ ਹਾਂ ਸਾਰੇ ਹੀ ਪ੍ਰਬੰਧਕ ਸੱਜਣਾਂ ਦਾ ਸਮੁੱਚੀ ਨਗਰ ਪੰਚਾਇਤ ਦਾ ਸਾਰੇ ਅਲਵੇਲਾ ਪਰਿਵਾਰ ਦਾ ਜਿਨ੍ਹਾਂ ਨੇ ਮਹਾਨ ਉੱਦਮ ਕਰਕੇ ਅੱਜ ਦਾ ਪ੍ਰੋਗਰਾਮ ਰੱਖਿਆ। ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਉਸਤਾਦਾਂ ਦੀ ਦੁਨੀਆਂ ਦੇ ਵਿੱਚੋਂ ਸਰਦਾਰ ਇੰਦਰਜੀਤ ਸਿੰਘ ਜੀ ਅਣਖੀ ਸਾਹਿਬ ਉਹਨਾਂ ਵੱਲੋਂ ਆਪਣੇ ਢਾਡੀ ਜਥੇ ਨੂੰ ਆਸ਼ੀਰਵਾਦ ਆਇਆ ਮੇਰੇ ਵੱਡੇ ਵੀਰ ਬਾਈ ਬਲਦੇਵ ਸਿੰਘ ਜੀ ਬਿੱਲੂ ਉਹਨਾਂ ਵੱਲੋਂ ਆਪਣੇ ਜਥੇ ਨੂੰ ਆਸ਼ੀਰਵਾਦ ਆਇਆ ਬਾਈ ਪਰਮਿੰਦਰ ਸਿੰਘ ਜੀ ਸਹੋ ਉਹਨਾਂ ਵੱਲੋਂ ਆਸ਼ੀਰਵਾਦ ਜਸਵਿੰਦਰ ਸਿੰਘ ਜੀ ਬਾਗੀ ਉਹਨਾਂ ਵੱਲੋਂ ਬੇਅੰਤ ਮਾਇਆ ਮੇਰੇ ਜਥੇ 'ਚ ਬੜਾ ਲੰਮਾ ਸਮਾਂ ਜਿਨ੍ਹਾਂ ਨੇ ਸੇਵਾ ਕੀਤੀ ਜਰਨੈਲ ਸਿੰਘ ਜੀ ਰਾਈਆ ਉਹਨਾਂ ਵੱਲੋਂ ਨਿਰਮਲ ਸਿੰਘ ਜੀ ਨਿੰਮਾ ਭਾਈ ਰੂਪਾ ਉਹਨਾਂ ਵੱਲੋਂ ਬੇਅੰਤ ਮਾਇਆ ਜਗਦੇਵ ਸਿੰਘ ਜੀ ਸਰਾਂ ਜਿਹੜੇ ਤਕਰੀਬਨ 18-19 ਸਾਲ ਮੇਰੇ ਜਥੇ 'ਚ ਇਹਨਾਂ ਨੇ ਸੇਵਾ ਕੀਤੀ ਹੈ ਉਹਨਾਂ ਵੱਲੋਂ ਬੇਅੰਤ ਮਾਇਆ ਬਹੁਤ ਹੀ ਸਤਿਕਾਰਯੋਗ ਬਾਗੀ ਸਾਹਿਬ ਭਾਈ ਰੂਪੇ ਵਾਲੇ ਉਹਨਾਂ ਵੱਲੋਂ ਬੇਅੰਤ ਮਾਇਆ ਸਮੁੱਚੇ ਹੀ ਅਲਵੇਲਾ ਪਰਿਵਾਰ ਵੱਲੋਂ ਬਾਈ ਗੁਰਜੰਟ ਸਿੰਘ ਜੀ ਬਾਈ ਭੋਲਾ ਸਿੰਘ ਬਾਈ ਸੁਰਜੀਤ ਸਿੰਘ ਜੀ ਸਮੁੱਚੇ ਪਰਿਵਾਰ ਵੱਲੋਂ ਬੇਅੰਤ ਮਾਇਆ ਸਾਰੇ ਪ੍ਰਬੰਧਕਾਂ ਵੱਲੋਂ ਢਾਡੀ ਬਲਦੇਵ ਸਿੰਘ ਜੀ ਉਹਨਾਂ ਵੱਲੋਂ ਹੋਰ ਬਹੁਤ ਸਾਰੇ ਵੀਰਾਂ ਵੱਲੋਂ ਭੈਣਾਂ ਵੱਲੋਂ ਬੇਅੰਤ ਮਾਇਆ ਪਹੁੰਚੀ ਹੈ ਧੰਨਵਾਦ ਦੀਆਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਨਾਮ ਦਾਨ ਸਿੱਖੀ ਸਿੱਖ ਭਰੋਸਾ ਬਖਸ਼ਾ। ਅੱਜ ਆਪਾਂ ਉਹ ਮਹਾਨ ਸ਼ਾਇਰ ਉਹ ਮਹਾਨ ਵਿਦਵਾਨ ਕਲਮ ਦਾ ਧਣੀ ਤੇ ਦੁਨੀਆ ਦੇ ਕੋਨੇ ਕੋਨੇ ਵਿੱਚ ਆਪਣਾ ਨਾਂ ਤੇ ਨਗਰ ਬੁਰਜ ਦਾ ਨਾਂ ਚਮਕਾਉਣ ਵਾਲਾ ਉਹ ਧਰੂ ਤਾਰਾ ਸਰਦਾਰ ਗੁਰਬਖਸ਼ ਸਿੰਘ ਜੀ ਅਲਵੇਲਾ ਸਾਹਿਬ ਉਹ ਇੱਕ ਅਜਿਹੀ ਨਾ ਹੋਣੀ ਬਿਮਾਰੀ ਆਈ ਤੇ ਸਾਡੇ ਵਿੱਚੋਂ ਸਦਾ ਵਾਸਤੇ ਚਲਿਆ ਗਿਆ। ਵੈਸੇ ਦੁਨੀਆਂ ਤੇ ਜੋ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਸਤਿਗੁਰਾਂ ਦਾ ਫਰਮਾਨ ਆ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਆ ਦੇ ਮਹਾਂਵਾਕ ਅਨੁਸਾਰ ਜੋ ਦੁਨੀਆਂ ਤੇ ਆਉਂਦਾ ਉਹਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਪਰ ਬੰਦੇ ਦਾ ਆਇਆ ਦੁਨੀਆਂ ਤੇ ਸਫਲਾ ਹੋਵੇ ਉਹ ਕੁਝ ਲੋਕਾਂ ਵਾਸਤੇ ਕੁਝ ਆਪਣੀ ਕੌਮ ਵਾਸਤੇ ਆਪਣੇ ਧਰਮ ਦੀ ਖਾਤਰ ਕੁਝ ਨਾ ਕੁਝ ਕਰਕੇ ਜਾਵੇ ਤੇ ਫਿਰ ਉਹਨਾਂ ਦੀਆਂ ਯਾਦਾਂ ਤੇ ਮੇਲੇ ਲੱਗਦੇ ਆ ਲੋਕ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਆ। ਮੇਰੀ ਯਾਦ ਆ ਉਹ ਸਮਾਂ ਸੀ ਜਦੋਂ ਅਲਵੇਲਾ ਸਾਹਿਬ ਦੇ ਚੁਬਾਰੇ ਦੇ ਵਿੱਚ ਰੌਣਕਾਂ ਲੱਗਦੀਆਂ ਹੁੰਦੀਆਂ ਸੀ ਬੜੇ ਬੜੇ ਵੱਡੇ ਵੱਡੇ ਢਾਡੀ ਦੁਨੀਆਂ ਦੇ ਬੜੇ ਵੱਡੇ ਵੱਡੇ ਕਲਾਕਾਰ ਉਹ ਅਲਵੇਲੇ ਦੇ ਚੁਬਾਰੇ ਦੇ ਵਿੱਚ ਆਉਂਦੇ ਤੇ ਬੜੇ ਹੀ ਨੌਜਵਾਨ ਮੁੰਡਿਆਂ ਨੂੰ ਜਿਹਨਾਂ ਨੂੰ ਸਿੱਖਿਆ ਦਿੱਤੀ ਜਦੋਂ ਉਹ ਸਮਾਂ ਸੀ ਜਦੋਂ ਟੀਚਰ ਰਹੇ ਤੇ ਉਦੋਂ ਬੱਚਿਆਂ ਨੂੰ ਬੜਾ ਪੜ੍ਹਾਇਆ ਜਦੋਂ ਸੰਗੀਤ ਕਲਹਿਰ ਦੇ ਵਿੱਚ ਆ ਗਏ ਤੇ ਅਨੇਕਾਂ ਨੌਜਵਾਨਾਂ ਨੂੰ ਰੋਟੀ ਰੋਟੀ ਬਖਸ਼ੀ। ਆ ਹੁਣੇ ਮੇਰਾ ਛੋਟਾ ਵੀਰ ਬਲਕਾਰ ਸਿੱਧੂ ਜੀ
ऐसे अलविदा सावधान शिकरता है निशंचर शक्ता और बड़े कलाकार में किनु किनु घना समा बड़ा सीमता पर बंदा दुनिया ते होगा ते काल पर्ख वालों बख्शी हुई स्वास्थ्य पूंजी को उठा हुआ चला जाता ये दुनिया के ते बड़े बड़े राजे महाराजे पीर पैगंबर औलिया आए हैं सब खाली हाथ चले गए शायर लिखना कहना जिन्हों ने चलाए हाथी नहीं मुड़े आसमाना बिचो वो आखिर तो ही मर गए बलवान जैसे देखे ने जिन्हों ने राज अगे झुकदा सी जग सारा वो बड़े बड़े राजे सुल्तान जाते देखे ने बैठ के भविखबाणी दूजे की दसते जो आज जोशी सहोदे बुद्धवान जाते देखे ने कर्ण प्रचार स्टेजा उत्ते खड़ के जो रागी ढाडी कवि विद्वान जाते देखे ने ਉਹ ਮੁਰਦਿਆਂ ਦੇ ਮੂੰਹਾਂ ਚੋਂ ਕਢਾ ਕੇ ਧਨ ਇਕੱਠਾ ਕੀਤਾ ਖਾਲੀ ਹੱਥੀ ਉਹ ਧਨ ਵਾੜ ਜਾਂਦੇ ਵੇਖੇ ਇੱਕ ਦਿਨ ਇਸ ਦੁਨੀਆ ਤੋਂ ਖਾਲੀ ਹੱਥ ਤੁਰ ਜਾਂਦਾ ਉਹ ਅਲਵੇਲਾ ਵਾਕਈ ਅਲਵੇਲਾ ਸੀ ਜੇ ਨਾ ਅਲਵੇਲਾ ਰੱਖਿਆ ਤੇ ਕੰਮ ਨੀ ਦੁਨੀਆ ਨਾਲ ਅਲਵੇਲੇ ਕੀਤੇ ਅੱਜ ਉਹ ਵੀਰਾਂ ਦੀ ਸੱਚੀ ਵਾਹ ਸੀ ਅਲਵੇਲਾ ਕਹਿੰਦੇ ਵੀਰਾਂ ਦੀ ਸੱਚੀ ਵਾਹ ਤੇ ਸ਼੍ਰੀ ਮਾਨ ਦਾ ਜਾਇਆ ਦੁਨੀਆ ਦੇ ਵਿੱਚ ਪਿੰਡੇ ਕੱਟਣੇ ਕੋਨੇ ਕੋਨੇ ਵਿੱਚ ਚਮਕਾਇਆ ਕਹਿੰਦਾ ਸੀ ਚਵਾਰੇ ਵਿੱਚ ਰਹਿੰਦਾ ਹਰ ਦਮ ਭਰਿਆ ਵੇਲਾ ਉਹ ਬੁਰਜ ਵਿੱਚੋਂ ਹੱਥ ਤੁਰ ਗਿਆ ਮੱਖਣਾ ਸਦਾ ਲਈ ਅਲਵੇਲਾ ਉਹ ਅਲਵੇਲਾ ਜਿਹੜਾ ਸਦਾ ਵਾਸਤੇ ਸਾਡੇ ਵਿੱਚੋਂ ਚਲਿਆ ਗਿਆ ਕਾਕਾ ਗੁਰਚਰਨ ਚੰਨਾ ਦੀ ਇਹਨੇ ਬੜਾ ਲੰਮਾ ਸਮਾਂ ਮੇਰੇ ਜੱਥੇ ਦੀ ਸੇਵਾ ਕੀਤੀ ਹੈ ਉਹਨੂੰ ਬੁਲਵਾਇਆ ਹੀ ਉਧਰ ਉਹ ਸਮਾਂ ਸੀ ਜਦੋਂ ਕੈਸਟਾਂ ਦਾ ਯੁੱਗ ਚੱਲਿਆ ਤੇ ਕੈਸਟਾਂ ਦੇ ਯੁੱਗ ਦੇ ਵਿੱਚ ਸਰਦਾਰ ਅਲਵੇਲੇ ਨੇ ਬੜਾ ਵੱਡਾ ਯੋਗਦਾਨ ਪਾਇਆ ਕਹਿੰਦਾ ਹਿੰਦ ਦੀ ਚਾਦਰ ਪਾਇਲ ਕੰਪਨੀ ਜਲ ਪੱਪੀ ਦੇ ਕੋਲ ਆਈ ਤੇ ਰੁੱਤ ਪਿਆਰ ਦੀ ਲਿਖੀ ਅਲਵੇਲੇ ਮੱਚ ਗਈ ਫੇਰ ਦੁਹਾਈ ਕਹਿੰਦਾ ਉਹ ਨਿੰਮ ਦੇ ਉੱਤੇ ਚਾੜਾ ਜੱਟਨੇ ਸੁਖੀ ਵੇਲ ਤਰੇਲਾ ਸਦਾ ਵਾਸਤੇ ਤੁਰ ਗਿਆ ਮੱਖਣਾ ਬੁਰਜ ਵਿੱਚੋਂ ਅਲਵੇਲਾ ਅਲਵੇਲਾ ਸਦਾ ਵਾਸਤੇ ਸਾਡੇ ਵਿੱਚੋਂ ਚਲਾ ਗਿਆ ਸ਼ਾਇਰ ਲਿਖਦਾ ਕਹਿੰਦਾ ਜਦੋਂ ਸੱਜਣਾ ਨਾਲ ਜੁਦਾਈ ਪੈਂਦੀ ਉਹ ਨਾਲੇ ਦਿਲ ਰੋਂਦਾ ਨਾਲੇ ਮੈਂ ਰੋਂਦੇ ਦਿਲ ਟੁੱਟ ਕੇ ਚਕਰਾ ਚੂਰ ਹੁੰਦਾ ਪਲ ਪਲ ਤੋਂ ਕਾਲ
ਤੁਸੀਂ 20-25 ਹਜ਼ਾਰ ਰੁਪਈਆ ਸਾਨੂੰ ਪ੍ਰੋਗਰਾਮਾਂ ਦਾ ਦਿੰਦੇ ਹੋ
ਤੇ ਫੇਰ ਤੁਹਾਡੀ ਇੱਕ ਟੋਲਾ ਤੇ ਅੱਜ ਹਲਵੇਲਾ ਸਾਹਿਬ ਦੀ ਕਿਰਪਾ ਵੀ ਵੇਖੋ ਕਿੰਨੇ ਢਾਡੀ ਆਏ ਐ ਅੱਜ ਵਾਰਡ ਦੇ ਸਾਰੇ ਪ੍ਰਸਿੱਧ ਢਾਡੀ ਇੱਥੇ ਪਹੁੰਚੇ ਸੋ ਬੇਨਤੀ ਵੀ ਬੈਠਣ ਦੀ ਕਿਰਪਾਲਤਾ ਕਰੋ ਸੋ ਮੈਂ ਧੰਨਵਾਦ ਦਿਆਂ ਦਵਾਨਾ ਸਾਹਿਬ ਦਾ ਭਾਈ ਲਾਲੀ ਬੀਲਾ ਉਹਨਾਂ ਵੱਲੋਂ ਆਇਆ ਹੈ ਬੂਟਾ ਜੀ ਭਾਈ ਰੁਪਏ ਵਾਲੇ ਬਾਕੀ ਸਾਹਿਬ ਸਾਰਿਆਂ ਦਾ ਧੰਨਵਾਦ ਸਮੁੱਚੇ ਹਲਵੇਲਾ ਪਰਿਵਾਰ ਦਾ ਧੰਨਵਾਦ ਸਰਦਾਰ ਇੰਦਰਜੀਤ ਸਿੰਘ ਜੀ ਅਣਖੀ ਸਾਹਿਬ ਜਿਹੜੇ ਮੇਰੇ ਉਸਤਾਦਾਂ ਦੀ ਦੁਨੀਆ ਦੇ ਵਿੱਚੋਂ ਆ ਉਹਨਾਂ ਨੂੰ ਮੈਂ ਇੱਥੇ ਆਉਣ ਤੇ ਮੇਰਾ ਆਪਣਾ ਇਲਾਕਾ ਉਹਨਾਂ ਨੂੰ ਮੈਂ ਜੀਵਾ ਕਹਿੰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਆ ਕੇ ਸਾਨੂੰ ਦਰਸ਼ਨ ਦਿੱਤੇ ਆ ਸੋ ਸਮੁੱਚੇ ਪ੍ਰਬੰਧ ਦਾ ਧੰਨਵਾਦ ਬਾਈ ਪਰਮਿੰਦਰ ਸਿੰਘ ਜੀ ਸਾਹਿਬ ਜਿਹੜੇ ਸਟੇਜ ਦੀ ਸੇਵਾ ਨਿਭਾ ਰਹੇ ਆ ਉਹਨਾਂ ਦਾ ਧੰਨਵਾਦ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਨਵਾਦ ਕਰਦਾ ਅੱਖਾਂ ਦਾ ਜਾਚਕਾਂ ਬੋਲਦਿਆਂ ਕੋਲ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਹੋਣੀਆਂ ਸਤਿਗੁਰੂ ਪਾਤਸ਼ਾਹ ਕਿਰਪਾ ਕਰ ਸ਼ਾਇਰ ਦੀਆਂ ਲਿਖੀਆਂ ਲੈਣਾ ਲੈਣੇ ਮੇਰੇ ਯਾਦ ਆਉਂਦੀਆਂ ਕਹਿੰਦਾ ਧਰਮਰਾਜ ਜੀ ਕੱਢਣਗੇ ਜਦ ਪਰਚੀ ਮੱਖਣ ਦੀ ਸੇਲ ਵਰਾਹ ਚੋਂ ਉੱਠੋਗੀ ਫਿਰ ਅਰਥੀ ਮੱਖਣ ਦੀ ਜਦ ਅੱਖਾਂ ਮੀਚ ਗਿਆ ਇੱਕ ਵੀ ਪਲ ਨਹੀਂ ਤੈਨੂੰ ਰੱਖਣਾ ਪਿੰਡ ਸੇਲ ਵਰਾਹ ਵਿੱਚੋਂ ਚੱਕ ਲਓ ਹੋ ਜੂ ਮੱਖਣਾ ਧਰ ਲੱਕੜਾਂ ਫੂਕਣਗੇ ਲਾਉਣੇ ਨਹੀਂ ਸਿੱਧੂ ਜੀ ਦੇਰੀ ਸਿਰ ਹਿੱਲਣ ਲੱਗ ਜੂਗਾ ਘੱਟ ਜੂ ਜੋ ਅੱਖਾਂ ਦੀ ਤੇਰੇ ਫਿਰ ਬਣਦੀਆਂ ਆਸਾਂ ਨਾਲ ਫਤਿਹ ਬੁਲਾਉਣ ਲੱਗਿਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ